ਮੈਂ ਜਦੋਂ ਤੇਰੇ ਖਵਾਬਾਂ ਵਾਲੇ ਰਾਤ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਓਨਾ ਵਾਂਗੂ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ ਜਾ ਕੇ ਪੁੱਛ ਲੈ ਗਵਾਣੇ ਜਦੋਂ ਇਹਦੇ ਡੰਡੇ ਡੰਡੇ ਪੈ ਰਹੇ ਸੀ ਸਾਰਿਆਂ ਦੇ ਉਦੋਂ ਉੱਥੇ 1700 ਡਾਲਰ ਦਾ ਫਾਈਨ ਸੀ ਜਦੋਂ ਕੋਈ ਬਾਹਰ ਜਾਂਦਾ ਸੀ ਜਾਂ ਇਕੱਠੇ ਤਿੰਨ ਜਣਾਂ ਦੀ ਗੱਡੀ 'ਚ ਟਰੈਵਲ ਕਰਦੇ ਸੀ ਤੇ ਫਾਈਨ ਰੱਖਿਆ ਹੋਇਆ ਸੀ ਸੋ ਉੱਥੇ ਡਾਲਰਾਂ ਨੂੰ ਥੋੜਾ ਜਿਹਾ ਡਾਲਰਾਂ ਦੀ ਛੋਟੀ ਪੈਂਦੀ ਸੀ ਇੱਥੇ ਉਦਾਂ ਐਟੀਟਿਊਡ ਮੈਨੂੰ ਸਮਝ ਨਹੀਂ ਲੱਗੀ ਅਜੇ ਤੱਕ ਵੀ ਕਾਹਦਾ ਹੋਣਾ ਮਤਲਬ ਕਿਸ ਚੀਜ਼ ਦਾ ਐਟੀਟਿਊਡ ਹੋਣਾ ਮਤਲਬ ਆਪਾਂ ਵੀ ਨਾਰਮਲ ਜਿੱਦਾਂ ਤੁਹਾਡਾ ਕੰਮ ਇੰਟਰਵਿਊ ਲੈਣਾ ਆ ਕਈਆਂ ਦਾ ਕੰਮ ਫੈਕਟਰੀ ਕਈ ਚਲਾਉਂਦੇ ਕਈਆਂ ਦੀਆਂ ਦੁਕਾਨਾਂ ਇੱਦਾਂ ਹੀ ਮੇਰਾ ਕੰਮ ਆ ਗਾਉਣਾ ਯਾ ਲੁਕਾ ਨੂੰ ਐਂਟਰੇਨ ਕਰਨਾ ਮੈਨੂੰ ਲੱਗਦਾ ਹੈ ਮੇਰੀ ਡਿਊਟੀ ਹੈ ਤੇ ਮੇਰਾ ਕੰਮ ਹੈ ਜਿਹੜਾ ਕਿ ਮੈਂ ਪਿਛਲੇ 4-5 ਸਾਲਾਂ ਤੋਂ ਨਿਭਾ ਰਿਹਾ ਹਾਂ ਹੁਣ ਵੀ ਆ ਅੱਗੇ ਵੀ ਪੂਰੀ ਕੋਸ਼ਿਸ਼ ਕਰੂੰਗਾ ਜਸ ਮੇਰਾ ਵੀ ਸੁਪਨਾ ਸੀ ਕਿ ਮੈਂ ਆਪਣੇ ਨੂੰ ਸਿਨੇਮੇ ਵਿੱਚ ਦੇਖਾਂ ਨੈਟਫਲਿਕਸ ਤੇ ਹੁਣ ਤਾਂ ਆਪਣੇ ਗਾਣੇ ਵੀ ਵੇਖ ਲਈਦੇ ਜਾਂ YouTube ਤੇ ਆਪਣੇ ਗਾਣੇ ਵੀ ਵੇਖ ਲਈਦੇ ਗਣੇਸ਼ ਉਤਸਵ ਦਾ ਤਿਉਹਾਰ 11 ਦਿਨ ਦਾ ਤਿਉਹਾਰ ਹੁੰਦਾ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਤਿਉਹਾਰ ਕੋਰੋਨਾ ਵਾਇਰਸ ਮਹਾਮਾਰੀ ਸੰਕਟ ਨੂੰ ਨਾ ਲੈ ਕੇ ਜਾਵੇਗਾ ਤਾਂ ਇਸ ਵਕਤ ਸਾਡੇ ਨਾਲ ਜੋ ਮੌਜੂਦ ਨੇ ਉਹ ਹੈਗੇ ਨਹੀਂ ਜੀ अखिल सत श्री अकाल जी बहुत -बहुत जी ठीक ठाक हो ਤੁਸੀਂ ਮਾਸਕ ਉਤਾਰ ਸਕਦੇ ਹੋ ਇੰਟਰਵਿਊ ਦੌਰਾਨ ਕੋਈ ਚੱਕਰ ਨਹੀਂ ਹੈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆ ਅਜ ਦਿਨ ਦੀ ਸੇਮ ਟੂ ਯੂ ਬੋਬਮ ਵਰਕਰ ਦੀ ਸਾਰਿਆਂ ਨੂੰ ਗਣੇਸ਼ ਚਤੁਰਸਿਧੀਆ ਤੇ ਅਕਲ ਜਿੱਦਾਂ ਤੁਸੀਂ ਅੱਜ ਇੱਥੇ ਪਹੁੰਚੇ ਹੋ ਮੈਂ ਜਿੱਦਾਂ ਕਿਹਾ ਕਿ ਕਰੋਨਾ ਵਾਇਰਸ ਚੱਲ ਰਿਹਾ ਹੈ ਤੇ 11 ਦਿਨ ਬਾਅਦ ਆਪਾਂ ਹਮੇਸ਼ਾ ਉਮੀਦ ਕਰਦੇ ਹਾਂ ਕਿ ਗਣੇਸ਼ ਜੀ ਜਦੋਂ ਵੀ ਆਉਂਦੇ ਆ ਸਾਡੇ ਘਰ ਦੀ ਸੰਕਟ ਲੈ ਕੇ ਨਾਲ ਜਾਂਦੇ ਤਾਂ ਤੁਹਾਡੀ ਕੀ ਉਮੀਦ ਹੈ ਕਿ ਕਰੋਨਾ ਵਾਇਰਸ ਜਾਏਗਾ ਮੈਨੂੰ ਬਹੁਤ ਉਮੀਦ ਹੈ ਜੀ ਪਰਮਾਤਮਾ ਦਾ ਦਿਨ ਹੈ ਅੱਜ ਰੱਬ ਦਾ ਨਾਮ ਸਾਰੇ ਲੈ ਰਹੇ ਆ ਇਕੱਠੇ ਹੋ ਕੇ ਲੈ ਰਹੇ ਆ ਸੋ ਬਹੁਤ ਉਮੀਦ ਹੈ ਕਿ ਪੋਜ਼ਿਟਿਵਿਟੀ ਫੈਲੂਗੀ ਹਨਾ ਮੈਨੂੰ ਵੈਸੇ ਵੀ ਬਹੁਤ ਉਮੀਦ ਹੈ ਕਿ ਜਿਹੜਾ ਸੰਕਟ ਆਇਆ ਹੋਇਆ ਜਲਦੀ ਦੂਰ ਹੋਵੇ ਸਾਰਿਆਂ ਨੂੰ ਇਹ ਹੋਪ ਹੈ ਸੋ ਸਾਰਿਆਂ ਦੇ ਕੰਮਕਾਰ ਚੱਲਣ ਦੁਨੀਆ ਪਹਿਲਾਂ ਵਰਗੀ ਹੋਵੇ ਖੁਸ਼ਹਾਲੀ ਆਵੇ ਸੋ ਮੈਨੂੰ ਬਹੁਤ ਉਮੀਦ ਹੈ ਜਿੱਦਾਂ ਬਹੁਤ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਂਦਾ ਮਾਸਕ ਸੈਨੀਟਾਈਜੇਸ਼ਨ ਦਾ ਧਿਆਨ ਹੈ ਨਾ ਤੇ ਤੁਸੀਂ ਇੱਥੇ ਆਏ ਹੋ ਤੇ ਤੁਹਾਨੂੰ ਡਰ ਨਹੀਂ ਲੱਗਿਆ ਕਿ ਮੈਂ ਇੱਥੇ ਆਇਆ ਵਾਂ ਕਿਉਂ ਆਇਆ ਵਾਂ ਨਹੀਂ ਮੈਨੂੰ ਡਰ ਤਾਂ ਨਹੀਂ ਲੱਗਿਆ ਕਿਉਂਕਿ ਸਾਰੇ ਮੈਨੂੰ ਪਤਾ ਇੱਥੇ ਸਾਰਿਆਂ ਦੇ ਨਾਰਮਲ ਰੂਟੀਨ ਚੈੱਕਅਪ ਹੁੰਦੇ ਰਹਿੰਦੇ ਆ ਤਾਂ ਸਾਰੇ ਹੈਲਦੀ ਪ੍ਰੋਪਰ ਠੀਕ ਆ ਸੋ ਦੋ ਚਾਰ ਜਾਣੇ ਹੀ ਆ ਕੋਈ ਜ਼ਿਆਦਾ ਜਾਣੇ ਨਹੀਂ ਤੁਸੀਂ ਦੇਖ ਹੀ ਸਕਦੇ ਆ ਅਸੀਂ ਟੋਟਲ ਚਾਰ ਲੋਕ ਆ ਮੇਰੇ ਦੋਸਤ ਦੇ ਘਰ ਇਹ ਸਿਗਾ ਛੋਟਾ ਜਿਹਾ ਸਮਾਗ ਮੈਂ ਅੱਜ ਤੱਕ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਪਹਿਲੀ ਵਾਰ ਹੀ ਇਹ ਜੁਆਇਨ ਕਰ ਰਿਹਾ ਮੈਂ ਅੱਜ ਤੱਕ ਕਦੀ ਗਿਆ ਨਹੀਂ ਸੋ ਮੇਰੀ ਮੇਰਾ ਪਹਿਲੀ ਵਾਰੀ ਸੀ ਇਹ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਵੈਸੇ ਵੀ ਟੋਟਲ ਮਿਲਦਾ ਤਾਂ ਉਹਨਾਂ ਨੂੰ ਮਿਲਾ ਕੇ ਮੈਂ ਚੌਥਾ ਚਾਰ ਜਾਣੇ ਆ ਅਸੀਂ ਟੋਟਲ ਸੋ ਕਿਉਂਕਿ ਜਿਆਦਾਤਰ ਹ ਮਹਾਰਾਸ਼ਟਰ ਚ ਮਨਾਇਆ ਜਾਂਦਾ ਹੈ ਮੁੰਬਈ ਸ਼ਹਿਰ ਚ ਮਨਾਇਆ ਜਾਂਦਾ ਹੈ ਸ਼ਾਇਦ ਇਸ ਲਈ ਪੰਜਾਬ ਚ ਜਿਆਦਾ ਇਹ ਰਾ ਕ੍ਰੇਜ਼ ਨਹੀਂ ਹੈਗਾ ਬਟ ਤਾਂ ਵੀ ਤੁਸੀਂ ਅੱਜ ਆਇਓ ਤੇ ਜਿਹਦਾ ਗਣੇਸ਼ ਜੀ ਦਾ ਤਿਉਹਾਰ ਹੈ ਹਾਂਜੀ 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 ਤੇ ਅਖਿਰ ਮੈਂ ਪੁੱਛਣਾ ਚਾਹੂੰਗੀ ਜੋ ਸਾਡੇ ਤੁਸੀਂ ਹੋ ਤੁਸੀਂ ਇੰਡਸਟਰੀ ਚੋ ਆਪਾਂ ਇੰਡਸਟਰੀ ਚਾ ਬਟ ਇਕੋ ਇੰਡਸਟਰੀ ਹੈਗੀ ਹੈ ਤੇ ਬਹੁਤ ਕੰਮ ਕਟਿਆ ਹੈ ਸਾਡੇ ਇੰਡਸਟਰੀ ਚ ਹੈ ਨਾ ਤੇ ਇਹਦੇ ਬਾਰੇ ਤੁਹਾਡਾ ਕੀ ਕੰਮਿਤਾ ਜੀ ਦੇਖੋ ਸਾਰਿਆਂ ਦੇ ਘਟੇ ਆ ਜੀ ਆਪਾਂ ਕਹੀਏ ਕਿ ਸਿਰਫ ਆਪਣੇ ਕੰਮ ਘਟਿਆ ਹਰ ਕੰਮ ਨੂੰ ਇਫੈਕਟ ਪਿਆ ਹਰ ਚੀਜ਼ ਨੂੰ ਹਰ ਬਿਜ਼ਨਸ ਨੂੰ ਅਸੀਂ ਆਰਟਿਸਟਾਂ ਸਾਡਾ ਵੀ ਸਾਰੇ ਸ਼ੋਜ਼ ਵਗੈਰਾ ਗਾਣੇ ਗੁਣੇ ਸਾਰਾ ਕੁਝ ਸਲੋ ਹੋ ਗਿਆ ਪਰ ਇਹ ਸਾਰੀ ਦੁਨੀਆ ਦੇ ਨਾਲ ਹੀ ਆ ਹੁਣ ਆਪਾਂ ਆਪਾਂ ਜੇ ਕਹੀਏ ਕਿ ਸਾਡਾ ਹੀ ਸਿਰਫ ਕੰਮ ਬੰਦ ਆ ਸੋ ਹੁਣ ਕੰਮ ਨਾਲੋਂ ਜ਼ਿਆਦਾ ਇਸ ਚੀਜ਼ ਤੇ ਫੋਕਸ ਆ ਕਿ ਪਹਿਲਾਂ ਸਾਰਾ ਕੁਝ ਨਾਰਮਲ ਹੋਵੇ ਹਰ ਬੰਦਾ ਖੁਸ਼ ਹੋਵੇ ਇਹ ਸਾਰਾ ਕੁਝ ਫੇਰ ਹੀ ਚੰਗਾ ਲੱਗਣਾ ਗਾਣਾ ਵਜਾਣਾ ਸਿੰਗਿੰਗ ਜੋ ਵੀ ਆ ਮਿਊਜ਼ਿਕ ਸਾਰਾ ਕੁਝ ਕੋਈ ਵੀ ਕੰਮ ਆ ਕੋਈ ਵੀ ਚੀਜ਼ ਤਾਂ ਹੀ ਚੰਗੀ ਲੱਗਦੀ ਜਦੋਂ ਹਰ ਘਰ ਚ ਖੁਸ਼ਹਾਲੀ ਹੁੰਦੀ ਹੈ ਸੋ ਪਹਿਲਾਂ ਇਹ ਸਭ ਕੁਝ ਠੀਕ ਹੋਣਾ ਬਹੁਤ ਜ਼ਰੂਰੀ ਹੈ ਕੰਮ ਕੁਮ ਤਾਂ ਬਾਅਦ ਚ ਹੁੰਦੇ ਰਹਿਣਗੇ ਤੁਹਾਨੂੰ ਲੱਗਦਾ ਕਿ ਹਜੇ ਕੋਈ ਸ਼ੂਟ ਨਹੀਂ ਹੋਣਾ ਚਾਹੀਦਾ ਨਹੀਂ ਸ਼ੂਟ ਮੇਰੇ ਖਿਆਲ ਹੋ ਰਿਹਾ ਹੈ ਮੈਂ ਜਦੋਂ ਦਾ ਇੰਡੀਆ ਆ ਮੈਂ ਜਦੋਂ ਕਿ ਆਸਟ੍ਰੇਲੀਆ ਸਟਕ ਸੀਗਾ ਮੈਂ ਜਦੋਂ ਦਾ ਇੱਥੇ ਆ ਮੈਂ ਹਜੇ ਤੱਕ ਕੋਈ ਸ਼ੂਟ ਨਹੀਂ ਕੀਤਾ ਪਰ ਸ਼ੂਟ ਹੋ ਰਿਹਾ ਹੈ ਪਰਮਿਸ਼ਨ ਦੇ ਨਾਲ ਹੋ ਰਿਹਾ ਹੈ ਪ੍ਰੋਪਰ ਇੰਡਸਟਰੀ ਪੂਰੇ ਪ੍ਰੀਕਾਸ਼ਨ ਯੂਜ਼ ਕਰ ਰਹੀ ਆ ਲਿਮਟਿਡ ਬੰਦੇ ਦੀ ਗੈਦਰਿੰਗ ਆ ਹਰ ਬੰਦਾ ਸੈਨੀਟਾਈਜ਼ ਕਹਿ ਰਿਹਾ ਕਿ ਹੋ ਰਿਹਾ ਮਾਸਕ ਯੂਜ਼ ਕਰ ਰਿਹਾ ਸ਼ੂਟ ਤੋਂ ਪਹਿਲਾਂ ਜੇ 50 ਬੰਦਿਆਂ ਦੀ ਟੀਮ ਆ ਹਰ ਇੱਕ ਦਾ ਕੋਵਿਡ ਟੈਸਟ ਹੋ ਰਿਹਾ ਸੋ ਸ਼ੂਟ ਹੋ ਰਿਹਾ ਪਰ ਵਿਦ ਪ੍ਰੀਕਾਸ਼ਨ ਪਹਿਲਾਂ ਜਦਾਂ 60 70 80 ਬੰਦੇ ਹੋ ਜਾਂਦੇ ਹੁੰਦੇ ਸੀ ਹੁਣ ਮੇਰੇ ਖਿਆਲ ਬਹੁਤ ਘੱਟ ਕਾਫੀ ਤੁਹਾਡੀ ਫੋਟੋਸ ਆਪਾਂ ਦੇਖਦੇ ਰਹੇ ਆ ਇੰਸਟਾਗ੍ਰਾਮ ਤੇ ਤੁਸੀਂ ਜਿੱਦਾਂ ਤੁਸੀਂ ਦੱਸਿਆ ਆਸਟ੍ਰੇਲੀਆ ਤੁਸੀਂ ਸਟਕ ਸੀਗੇ ਰਾਈਟ ਸਾਨੂੰ ਨਹੀਂ ਪਤਾ ਸੀ ਤੁਸੀਂ ਅੱਜ ਜੋ ਕਿਹਾ ਹੈ ਤੇ ਇੱਕ ਗੱਲ ਪੁੱਛਣਾ ਚਾਹਾਂਗੇ ਭਾਰਤ ਤੇ ਆਸਟ੍ਰੇਲੀਆ 'ਚ ਕਿੰਨਾ ਕੁ ਸੇਫਟੀ ਦਾ ਡਿਫਰੈਂਸ ਹੈ ਠੀਕ ਹੈ ਜੀ ਸੇਫਟੀ ਉੱਥੇ ਵੀ ਉਦਾਂ ਹੀ ਸੀਗਾ ਸਾਰਾ ਕੁਝ ਨਾਰਮਲ ਹੀ ਸੀਗਾ ਮੈਨੂੰ ਇੰਨਾ ਫੀਲ ਨਹੀਂ ਹੋਇਆ ਉੱਥੇ ਵੀ ਸਾਰੇ ਦੂਰ ਦੂਰ ਹੋ ਕੇ ਹੀ ਸਾਰਾ ਉੱਥੇ ਜਿਆਦਾ ਥੋੜਾ ਜਿਹਾ ਲੋਕ ਕਰਦੇ ਸੀਗੇ ਉੱਥੇ ਫਾਈਨ ਵਗੈਰਾ ਰੱਖਿਆ ਹੋਇਆ ਸੀਗਾ ਇੱਥੇ ਜਦੋਂ ਇਹਦੇ ਡੰਡੇ ਡੁੰਡੇ ਪੈ ਰਹੇ ਸੀ ਸਾਰਿਆਂ ਦੇ ਉਦੋਂ ਉੱਥੇ 1700 ਡਾਲਰ ਦਾ ਫਾਈਨ ਸੀ ਜਦੋਂ ਕੋਈ ਬਾਹਰ ਜਾਂਦਾ ਸੀ ਜਾਂ ਇਕੱਠੇ ਤਿੰਨ ਜਣੇ ਗੱਡੀ 'ਚ ਟਰੈਵਲ ਕਰਦੇ ਸੀ ਤੇ ਫਾਈਨ ਰੱਖਿਆ ਹੋਇਆ ਸੀ ਸੋ ਉੱਥੇ ਡਾਲਰਾਂ ਨੂੰ ਥੋੜਾ ਜਿਹਾ ਡਾਲਰਾਂ ਦੀ ਛੋਟੀ ਪੈਂਦੀ ਸੀ ਇੱਥੇ ਉਦਾਂ ਇੱਥੇ ਦੀ ਤਰ੍ਹਾਂ ਪੈ ਰਿਹਾ ਸੀ ਸੋ ਠੀਕ ਹੈ ਇੱਥੇ ਵੀ ਜਦੋਂ ਦਾ ਮੈਂ ਆਇਆ ਮੈਨੂੰ ਕੋਈ ਇੰਨਾ ਫੀਲ ਨਹੀਂ ਹੋ ਰਿਹਾ ਕਿ ਬਹੁਤ ਜਿਆਦਾ ਟਾਈਟ ਸਿਚੁਏਸ਼ਨ ਲੋਕ ਇੱਕ ਦੂਸਰੇ ਤੋਂ ਪ੍ਰੇਹਜ ਕਰ ਰਹੇ ਆ ਮਾਸਕ ਯੂਜ਼ ਕਰ ਰਹੇ ਆ ਵੈਸੇ ਵੀ ਚੰਗੀਆਂ ਗੱਲਾਂ ਸਾਫ ਸਫਾਈ ਰੱਖਣਾ ਹੱਥ ਪੈਰ ਧੋ ਰਿਹਾ ਚੰਗੀ ਤਰ੍ਹਾਂ ਵਧੀਆ ਗੱਲ ਹੈ ਤੇ ਆਪਣੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਜਿੱਦਾਂ ਤੁਸੀਂ ਹੋ ਇਸ ਇੰਡਸਟਰੀ ਦਾ ਪਾਰਟ ਹੋ ਤੁਹਾਨੂੰ ਕਦੀ ਆਪਾਂ ਕੰਟਰੋਵਰਸੀਆਂ ਦਾ ਦੇਖਿਆ ਨਹੀਂ ਹੈ ਪਰ ਤਾਂ ਵੀ ਤੁਹਾਡਾ ਇੱਕ ਨਾਮ ਹੈ ਅਖਿਲ ਹੈ ਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੰਟਰੋਵਰਸੀ ਨਾਲ ਹੀ ਬੰਦਾ ਅੰਦਰ ਆ ਸਕਦਾ ਹੈ ਕਿ ਟੈਲੈਂਟ ਬਹੁਤ ਜ਼ਰੂਰੀ ਹੈ ਜਾਂ ਟੈਲੈਂਟ ਦੇ ਨਾਲ ਕੱਲੀ ਚੀਜ਼ ਨਹੀਂ ਚੱਲ ਸਕਦੀ ਮੈਂ ਜੀ ਇਸ ਬਾਰੇ ਹੁਣ ਮੈਨੂੰ ਸੱਚੀ ਨਹੀਂ ਪਤਾ ਹੁਣ ਦਾ ਜਿਹੜਾ ਪਿਛਲਾ 1-2 ਸਾਲ ਮੈਨੂੰ ਬਹੁਤ ਜਾਣੇ ਮੇਰੇ ਦੋਸਤ ਕਹਿੰਦੇ ਕਿ ਕੰਟਰੋਵਰਸੀ ਚੱਲਦੀ ਹੈ ਜੀ ਗਾਣੇ ਨਹੀਂ ਚੱਲਦੇ ਪਰ ਮੈਨੂੰ ਨਹੀਂ ਇਦਾਂ ਲੱਗਦਾ ਕਿ ਕੰਟਰੋਵਰਸੀ ਚੱਲਦੀ ਹੈ ਮੇਰੇ ਹਿਸਾਬ ਨਾਲ ਤੁਹਾਡਾ ਆਪਣਾ ਹਿਸਾਬ ਕਿਤਾਬ ਆ ਤੁਸੀਂ ਕਿੱਦਾਂ ਗਾ ਰਹੇ ਕਿੱਦਾਂ ਜੀ ਰਹੇ ਕਿੱਦਾਂ ਕੀ ਕਰ ਰਹੇ ਆ ਤੁਹਾਡਾ ਤੁਸੀਂ ਕਿੱਦਾਂ ਆਏ ਆ ਅੱਗੇ ਸੋ ਮੈਨੂੰ ਪਤਾ ਹੀ ਨਹੀਂ ਇਸ ਤੇ ਮੈਂ ਕੀ ਕਮੈਂਟ ਕਰਾਂ ਕਿ ਤੁਸੀਂ ਗਾਣੇ ਕਿੱਦਾਂ ਚੱਲਦੇ ਕੰਟਰੋਵਰਸੀ ਨਾ ਹਰੇਕ ਸ਼ਾਇਦ ਮਾਹੌਲ ਹੁੰਦਾ ਹੁਣ ਦਾ ਮਾਹੌਲ ਜੋ ਹੋਇਆ ਹੋਇਆ ਵਾ ਹੋ ਸਕਦਾ ਸਾਲ ਬਾਦ ਉਹ 뮤직 ਹੀ ਸਹੀ ਹੋ ਜਵੇ 뮤직 ਚੱਲਣ ਲੱਗ ਪਵੇ ਬਾਕੀ ਸਾਰਾ ਕੁਝ ਠੀਕ ਹੈ ਜਿਹਦਾ ਨਾਮ ਬਣਿਆ ਹੋਇਆ ਜਿਹੜਾ ਚੱਲ ਰਿਹਾ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਬੰਦੇ ਦਾ ਵੀ ਨਾਮ ਬਣਦਾ ਉਹ ਬlesd ਬੰਦਾ ਹੁੰਦਾ ਸੋ ਠੀਕ ਹੈ ਜਿਹੜਾ ਟਾਈਮ ਚੱਲ ਰਿਹਾ ਵਧੀਆ ਜਿਹੜਾ ਆਉਣ ਵਾਲਾ ਉਹ ਵੀ ਵਧੀਆ ਜਿਹੜਾ ਬੀਤ ਗਿਆ ਉਹ ਵੀ ਵਧੀਆ ਸੀ ਮੈਂ ਪਬਲਿਕ ਨੂੰ ਦੱਸਣਾ ਚਾਹੂੰਗੀ ਕਿ ਮੈਂ ਜਦੋਂ ਵੀ ਅਖਿਲ ਨੂੰ ਮਿਲਦੀ ਹਾਂ ਹੀ ਇਸ ਸੋ ਸਵੀਟ ਐਂਡ ਹਮੇਸ਼ਾ ਬਹੁਤ ਹੀ ਮੁਸਕਰਾ ਕੇ ਮੇ ਨਾਲ ਗੱਲ ਕਰਦੇ ਹੈ ਤੇ ਅਖਿਲ ਵੈਸੇ ਤੇ ਇਸ ਇੰਡਸਟਰੀ 'ਚ ਜਿਹੜਾ ਨਾਮ ਬਣ ਜਾਂਦਾ ਮੈਨੂੰ ਪਤਾ ਨਹੀਂ ਜੀ ਹੁਣ ਐਟੀਟਿਊਡ ਮੈਨੂੰ ਸਮਝ ਨਹੀਂ ਲੱਗੀ ਅੱਜ ਤੱਕ ਵੀ ਕਾਹਦਾ ਹੋਣਾ ਮਤਲਬ ਕਿਸ ਚੀਜ਼ ਦਾ ਐਟੀਟਿਊਡ ਹੋਣਾ ਮਤਲਬ ਆਪਾਂ ਵੀ ਨਾਰਮਲ ਜਿੱਦਾਂ ਤੁਹਾਡਾ ਕੰਮ ਇੰਟਰਵਿਊ ਲੈਣਾ ਆ ਕਈਆਂ ਦਾ ਕੰਮ ਫੈਕਟਰੀ ਕਈ ਚਲਾਉਂਦੇ ਕਈਆਂ ਦੀਆਂ ਦੁਕਾਨਾਂ ਇੱਦਾਂ ਹੀ ਮੇਰਾ ਕੰਮ ਆ ਗਾਉਣਾ ਜਾਂ ਲੋਕਾਂ ਨੂੰ ਐਂਟਰਟੇਨ ਕਰਨਾ ਮੈਨੂੰ ਲੱਗਦਾ ਹੈ ਮੇਰੀ ਡਿਊਟੀ ਆ ਤੇ ਮੇਰਾ ਕੰਮ ਆ ਜਿਹੜਾ ਕਿ ਮੈਂ ਪਿਛਲੇ 4-5 ਸਾਲਾਂ ਤੋਂ ਨਿਭਾ ਰਿਹਾ ਹਾਂ ਹੁਣ ਵੀ ਆ ਅੱਗੇ ਵੀ ਪੂਰੀ ਕੋਸ਼ਿਸ਼ ਕਰੂੰਗਾ ਇਹ ਕੰਮ ਨੂੰ ਵਧੀਆ ਤਰ੍ਹਾਂ ਕਰਨ ਦੀ ਜਿੰਨਾ ਚਿਰ ਸਟੇਜ ਤੇ ਆਪਾਂ ਆਰਟਿਸਟਾਂ ਲੋਕਾਂ ਨੂੰ ਐਂ ਆਪਾਂ ਵੀ ਇੱਕ ਨਾਰਮਲ ਹਿਊਮਨ ਬੀਿੰਗ ਆ ਮੇਰਾ ਵੀ ਜੀ ਕਰਦਾ ਸ਼ਾਮ ਨੂੰ ਮੈਂ ਗਲੀਆਂ ਚ ਮਾੜਾ ਮੋਟਾ ਗੇੜੀ ਲਾਵਾਂ ਘੁੰਮਾਂ ਕੁਛ ਰੇੜੀ ਤੋਂ ਖਾਵਾਂ ਜਾਂ ਫਰੂਟ ਬਾਇ ਕਰਾਂ ਸਬਜ਼ੀ ਲੈਣ ਜਾਵਾਂ ਸੋ ਮੈਨੂੰ ਵੀ ਤਾਂ ਲੱਗਦਾ ਮੇਰਾ ਪੂਰਾ ਹੱਕ ਹੈ ਨਾਰਮਲ ਜ਼ਿੰਦਗੀ ਜੀਣਾ ਤੇ ਤੁਸੀਂ ਜੀ ਸਕਦੇ ਹੋ ਤੁਹਾਨੂੰ ਲੱਗਦਾ ਕਿਉਂਕਿ ਜੋ ਸਾਡੇ ਪੀਪਲ ਬੰਦੇ ਨੇ ਪਬਲਿਕ ਆ ਜਾਂਦੀ ਹੈ ਕੋਲ ਤੁਹਾਨੂੰ ਲੱਗਦਾ ਕਿ ਆਪਾਂ ਨਾਰਮਲ ਤੁਸੀਂ ਜ਼ਿੰਦਗੀ ਜੀ ਸਕਦੇ ਪਰ ਠੀਕ ਹੈ ਮੈਂ ਕਰਦਾ ਹਾਂ ਸਾਰਾ ਕੁਝ ਮੈਂ ਕਦੀ ਕਦੀ ਹਾਂਜੀ ਹੁਣ ਜਿੱਦਾਂ ਹੁਣ ਵੀ ਮੈਂ ਕਦੀ ਕੁਛ ਨਾ ਕੁਛ ਬਾਈ ਕਰਨ ਚੱਲ ਜਾਂਦਾ ਲੋਕ ਆਉਂਦੇ ਆ ਇਹ ਗੱਲ ਨਹੀਂ ਕਿ ਆਉਂਦੇ ਨਹੀਂ ਬਹੁਤ ਬਹੁਤ ਲੋਕ ਪਿਆਰ ਕਰਦੇ ਆ ਪਰ ਵਧੀਆ ਲੱਗਦਾ ਕਈ ਵੇਲੇ ਲੋਕ ਆਪੇ ਸਮਝ ਵੀ ਜਾਂਦੇ ਕਿ ਠੀਕ ਹੈ ਯਾਰ ਅਗਲਾ ਆਪਣਾ ਕੁਛ ਬਾਈ ਕਰ ਰਿਹਾ ਜਾਂ ਲੈ ਰਿਹਾ ਆਪਣਾ ਆਪਣੀ ਜ਼ਿੰਦਗੀ ਜੀ ਰਿਹਾ ਕਈ ਵੇਲੇ ਜਦੋਂ ਕੋਈ ਨਹੀਂ ਸਮਝਦਾ ਤਾਂ ਆਪਾਂ ਫੋਟੋ ਫੋਟੋ ਕਰਾ ਲਈ ਦੀ ਲੋਕ ਹੁਣ ਦੇਖੋ ਹਰੇਕ ਬੰਦਾ ਆਉਂਦਾ ਤਾਂ ਪਿਆਰ ਨਾਲ ਹੀ ਆ ਨਾ ਲੋਕਾਂ ਨੂੰ ਇਹੀ ਮਾਨ ਹੁੰਦਾ ਕਿ ਯਾਰ ਸਾਡਾ ਭਰਾ ਆ ਜਾਂ ਬਹੁਤ ਵਧੀਆ ਗੁੰਦਾ ਹਰੇਕ ਬੰਦਾ ਜਦੋਂ ਚੱਲ ਕੇ ਆਉਂਦਾ ਉਹ ਵੀ ਸੋ ਠੀਕ ਹੈ ਸਾਰਾ ਕੁਝ ਵਧੀਆ ਇੱਕ ਹੋਰ ਚੀਜ਼ ਮੇਰੇ ਦਿਮਾਗ 'ਚ ਹਮੇਸ਼ਾ ਰਹਿੰਦੀ ਹੈ ਕਿ ਜੋ ਗਲੈਮਰ ਦੁਨੀਆ ਹੁੰਦੀ ਆ ਆਪਾਂ ਸਜਦੇ ਆਂ ਸਵਰਦੇ ਆਂ ਆਪਣੀ ਫੋਟੋਸ ਪਾਣੇ ਹਨਾ ਫੋਟੋ ਸ਼ੂਟ ਕਰਾਨੇ ਆ ਬਾਅਦ 'ਚ ਜਦੋਂ ਸਾਨੂੰ ਉਹ ਮਕਾਮ ਮਿਲ ਜਾਂਦਾ ਤਾਂ ਕਾਲੇ ਸ਼ੀਸ਼ੇ ਕਾਲੀ ਐਨਕਾ ਲਾ ਕੇ ਨਿਕਲ ਜਾਂਦੇ ਕੋਈ ਗਲੈਮਰ ਸਾਡਾ ਦੇਖ ਨਾ ਪਾਏ ਤੇ ਇਦਾਂ ਕਿਉਂ ਨੇ ਕਾਲੇ ਸ਼ੀਸ਼ੇ ਮੈਂ ਤਾਂ ਨਹੀਂ ਅਜੇ ਤੱਕ ਕਰਾਇਆ ਪਰ ਠੀਕ ਹੈ ਮੈਂ ਆਪਣੇ ਘਰ ਤੋਂ ਕਈ ਵੇਲੇ ਜਦੋਂ ਮੈਂ ਕਿਤੇ ਜਾਣਾ ਹੁੰਦਾ ਮੈਂ Uber ਤੇ ਵੀ ਚਲ ਜਾਂਦਾ ਅੱਜ ਕੱਲ੍ਹ ਵੀ ਹੂੰ ਤੇ ਹੁਣ ਤਾਂ ਮਾਸਕ ਲੱਗਾ ਹੁੰਦਾ ਸੋ ਠੀਕ ਹੈ ਕਾਲੇ ਸ਼ੀਸ਼ੇ ਤਾਂ ਮੈਨੂੰ ਪਤਾ ਨਹੀਂ ਫੀਲ ਕੀ ਹੁੰਦਾ ਮੈਂ ਅੱਜ ਤੱਕ ਕਦੀ ਕਰਾਇਆ ਨਹੀਂ ਪਰ ਠੀਕ ਹੈ ਸਾਰਾ ਕੁਝ ਓਹੀ ਮੈਂ ਕਹਿੰਦਾ ਜਿਹਨੂੰ ਜੋ ਸੂਟੇਬਲ ਆ ਜਿਹੜਾ ਜਿਸ ਜੀ ਚ ਖੁਸ਼ ਆ ਜਿਹਨੂੰ ਹੋ ਸਕਦਾ ਮੈਨੂੰ ਕੱਲ ਨੂੰ ਮੇਰਾ ਜੀਕਰ ਯਾਰ ਮੈਂ ਕਾਲੇ ਸ਼ੀਸ਼ੇ ਕਰਾਉਣੇ ਮੈਨੂੰ ਜਿਹੜੀ ਚੀਜ਼ ਚ ਖੁਸ਼ੀ ਮਿਲੇ ਪਰ ਠੀਕ ਹੈ ਹੁਣ ਤਾਂ ਮੈਨੂੰ ਲੱਗਦਾ ਅਲਾਉਡ ਹੀ ਨਹੀਂ ਹੈਗਾ ਕਾਲਾ ਸ਼ੀਸ਼ ਆਪਣਾ ਨਹੀਂ ਮੰਨਗਾਦਾ ਤੇਰੀ ਮੇਰੀ ਗੱਲ ਬਣ ਗਈ ਫਿਲਮ ਆਪਾਂ ਸ਼ਾਇਦ ਹੋਪ ਕਰੇ ਸੀ ਮਾਰਚ ਐਪ੍ਰੈਲ ਚ ਆ ਜਾਏਗੀ ਤੇ ਉਹ ਕਦੋਂ ਤੱਕ ਰਿਲੀਜ਼ ਹੋ ਰਹੀ ਤੁਸੀਂ بڑا ਉੱਖਾ ਸਵਾਲ ਮੈਨੂੰ ਹੁਣ ਆਪਣੀ ਪਤਾ ਕਦੋਂ ਹੋ ਰਹੀ ਹੈ ਕਿਉਂਕਿ ਉਹ ਮੇਰੇ ਖਿਆਲ 7 ਮਈ ਨੂੰ ਆਉਣੀ ਸੀ 7 ਜਾਂ 8 ਮਈ ਨੂੰ ਆਉਣੀ ਸੀ ਪਰ ਫਿਰ ਆ ਹੋ ਗਿਆ ਫਿਰ ਮਾਰਚ ਵਿੱਚ ਮੈਂ ਆਸਟ੍ਰੇਲੀਆ ਚਲ ਗਿਆ ਸ਼ੋਅ ਲਾਉਣ ਉੱਥੇ ਮੈਂ ਫਸ ਗਿਆ 5 ਮਹੀਨੇ ਪਰ ਹੁਣ ਜਦੋਂ ਸਾਰਾ ਕੁਝ ਨਾਰਮਲ ਹੋਊਗਾ ਸਿਨੇਮਾ ਓਪਨ ਹੋਊਗਾ ਆਈ ਗੈਸ ਉਦੋਂ ਹੀ ਰਿਲੀਜ਼ ਕਰਨਗੇ ਕਿਉਂਕਿ OTT OTT ਪਿਛ ਨਹੀਂ ਕਾਨਾ ਮਤਲਬ Netflix ਵਗੈਰਾ ਤੇ ਨਹੀਂਗਾ ਮੇਰੀ ਹਲੇ ਗੱਲ ਨਹੀਂ ਹੋਈ ਪ੍ਰੀਤੀ ਚੱਪਰੂ मैम ਨਾਲ ਇਸ ਬਾਰੇ ਚ ਸ਼ਾਇਦ ਅਸੀਂ ਪਲਾਨ ਕਰ ਵੀ ਸਕਦੇ ਹਾਂ ਕਿ ਅਸੀਂ ਡਿਜੀਟਲ ਤੇ ਇਹਨੂੰ ਛੱਡ ਦਈਏ ਕਿਉਂਕਿ ਮੈਨੂੰ ਲੱਗਦਾ ਨਹੀਂ ਹਲੇ ਸਾਲਕ ਨਾਰਮਲ ਹੋਣਾ ਸਿਨੇਮਾ ਪਰ ਆਈ ਹੋਪ ਹੋ ਜਵੇ ਤਾਂ ਜਿਆਦਾ ਬੈਟਰੀ ਆ ਕਿਉਂਕਿ ਸਿਨੇਮੇ ਵਿੱਚ ਦੇਖਣ ਦਾ ਜਿਹੜਾ ਫੀਲ ਹੁੰਦਾ ਫਿਲਮ ਯਸ ਮੇਰਾ ਵੀ ਸੁਪਨਾ ਸੀ ਕਿ ਮੈਂ ਆਪਣੇ ਉਹਨੂੰ ਸਿਨੇਮੇ ਵਿੱਚ ਦੇਖਾਂ netflix ਤੇ ਹੁਣ ਤਾਂ ਆਪਣੇ ਗਾਣੇ ਵੀ ਵੇਖ ਲਈਦੇ ਜਾਂ youtube ਤੇ ਆਪਣੇ ਗਾਣੇ ਵੀ ਵੇਖ ਲਈਦੇ ਤੁਸੀਂ ਡੈਬਿਊ ਕਰਨ ਜਾ ਰਹੇ ਹੋ ਇਸ ਫਿਲਮ ਹਾਂਜੀ ਮੇਰੀ ਪਹਿਲੀ ਫਿਲਮ ਹੈ ਇਹ ਇਸ ਫਿਲਮ 'ਚ ਕੋਈ ਗਾਣਾ ਤੁਹਾਡਾ ਮੇਰੀ ਫਿਲਮ 'ਚ ਆਈ ਵਾਲੀ ਜੋ ਤੇਰੀ ਮੇਰੀ ਗੱਲ ਬਣ ਗਈ ਹੈ ਵਿੱਚ ਤਿੰਨ ਤੋਂ ਚਾਰ ਗਾਣੇ ਆ ਮਤਲਬ ਚੌਥਾ ਵਾਲੇ ਮੈਂ ਡਬ ਕਰਨਾ ਤਿੰਨ ਗਾਣੇ ਤਾਂ ਮੇਰੇ ਹੈਗੇ ਆ ਬਹੁਤ ਸੋਹਣੇ ਗਾਣੇ ਆ ਦੂਰ ਰੋਮੈਂਟਿਕ ਐ ਇੱਕ ਬੀਟ Song ਐ ਤੁਹਾਨੂੰ ਬਹੁਤ ਵਧੀਆ ਲੱਗਣਗੇ ਸੁਣਾ ਸਕਦੇ ਹੋ ਦੋ ਲਾਈਨਾਂ ਵੈਸਤੇ ਉਹ ਮੈਂ ਲੱਗ ਗਈ ਸੀ ਕਿਉਂਕਿ ਲੀਕ ਹੋ ਜਾਏਗਾ ਕਿਤੇ ਕੋਈ ਹੋਰ ਗਾਣਾ ਆਪਾਂ ਖਾਪ ਸੁਣ ਲੈਂਦੇ ਹੂੰ ਮੈਂ ਜਦੋਂ ਤੇਰੇ ਖਵਾਬਾਂ ਵਾਲੇ ਰਾਤ ਤੁਰਿਆ ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੋ ਇਹ ਸੀ ਸਾਡੇ ਨਾਲ ਅਖਿਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਕਿਸੇ ਨਾ ਕਿਸੇ ਸੈਲੀਬ੍ਰਿਟੀ ਨਾਲ ਜਿੱਦਾਂ ਅੱਜ ਹੈ ਜੀ ਗਣੇਸ਼ ਉਤਸਵ ਤੇ 11 ਦਿਨ ਬਾਅਦ ਗਣੇਸ਼ ਜੀ ਚਲੇ ਜਾਣਗੇ ਤੇ ਹੋਪ ਕਰਦੇ ਆ ਕਿ ਨਾਲ ਨਾਲ ਕਰੋਨਾ ਵਾਇਰਸ ਵੀ ਲੈ ਕੇ ਜਾਣ जिदा कि मैं दसिया कि अज अभी पहुंचे हैं जी गणेश उत्सव के किसी के घर से साढ़े ना इस वक्त काशिव अहमद जी खड़े ने तो पूछते हैं कि इन्होंने की, -की प्रिकॉशनस लेते आज के दे दिन लैके सीकाल बहुत बहुत स्वागत है लिविंग इंडिया न्यूज़ थैंक यू सो मच और सबको गणेश चतुर्थी की बहुत बहुत शुभकामनाएं हमने देखी हम यहाँ पर चार ही लोग हैं आपने देखा अखिल है एक मेरी फ्रेंड है जिनका ये घर है शिवानगी तो हम लोगों ने ऑलरेडी सबकी पहले टेस्टिंग रिपोर्ट्स कोविड की सबके चारों के टेस्ट हुए उसके बाद प्रिकॉशन लेते हुए हमने सैनिटाइजिंग का पूरा ध्यान रखा और सिर्फ आप ही लोग यहाँ पे हैं उसके अलावा कोई लोग यहाँ पे हैं नहीं तो वैसे तो बहुत धूमधाम से ये उत्सव मनाया जाता था हर साल बट बिकॉज ऑफ कोरोना हम लोग इस टाइम सब कुछ अवॉइड करते हुए अपने तीन और चार लोगों के साथ ही खास बिल्कुल जो घर के हमारे मेम्बर्स हैं उनके साथ हमने ये स्थापना की है मेरा क्वेश्चन ये रहेगा कि लोग आए नहीं डर कारण कि तुम ही इन्हें इन्वाइट कित नहीं असि इन्वाइट ही नहीं किते हाँ मतलब हर साल ज़्यादा मनाया जाता है आज दे साल इस वक्त इनवाइट हाँ बिल्कुल इनवाइट ही नहीं किया क्योंकि हमें सोशल डिस्टेंसिंग का पूरा ध्यान रखना है और कोरोना की वजह से हम अवॉइड कर रहे हैं इन चीज़ों को ਜੀ ਦੇਖੀ ਤੁਸੀਂ ਸੁਣਿਆ ਕਿ ਪ੍ਰੋਟੋਕਾਲ ਦਾ ਜਿਹੜਾ ਹੈਗਾ ਪੂਰਾ ਫਾਲੋ ਕੀਤਾ ਜਾ ਰਿਹਾ ਹੈ ਮਾਸ ਸੈਨੀਟਾਈਜੇਸ਼ਨ ਹੈ ਨਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ ਸਿਰਫ ਚਾਰ ਜਾਂ ਪੰਜ ਲੋਕ ਹੈਗੇ ਇਰੇਲਾਵ ਸਾਨੂੰ ਇੱਥੇ ਕੋਈ ਵੀ ਜ਼ਿਆਦਾ ਨਹੀਂ ਦਿਖੇ ਗਏ ਤੇ ਥੈਂਕ ਯੂ ਸੋ ਮਚ ਕਹਿਣਾ ਚਾਹਾਂਗੇ ਕਾਸ਼ਿਬ ਜੀ ਕਿ ਤੁਸੀਂ ਸਾਡੇ ਜੋ ਪ੍ਰੋਟੋਕਾਲ ਦਾ ਜੋ ਫਾਲੋ ਕਰਕੇ ਇੰਨਾ ਧੂਮਦਾਮ ਨਾਲ ਮਨਾਇਆ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੋ ਇਸ 사이ਡ ਨਾ ਕਾਸ਼ਿਬ ਮੁਹੰਮਦ ਜੀ ਤੇ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਕੈਮਰਾਮੈਨ ਨਿਤਿੰਦਨਾ ਹਰਦੀਨ ਸਾਨੀ ਚੰਡੀਗੜ੍ਹ ਸਤਿ ਸ਼੍ਰੀ